ਇਹਨਾਂ ਦਾ ਸਖੀ ਮੰਗਾਂ ਸੀ ਥੋੜੀ ਜਿਹੀ ਧਰਨੇ ਲਾ ਕੇ ਬੈਠੇ ਚਲੋ ਕੀ ਐਕਸ਼ਨ ਜਿਹੜੇ ਲੱਠ ਚੱਲ ਜਾ ਕਿਸ ਤਰ੍ਹਾਂ ਧਰਨਾ ਸੀਗਾ ਦੱਸ ਕੀ ਹੋਇਆ ਇਹ ਸਾਡਾ ਧਰਨਾ ਆਪਣੀ ਮੰਗਾਂ ਲਈ ਲਾਇਆ ਗਿਆ ਠੀਕ ਹੈ ਜੀ ਸਾਡੇ ਨਾਲ ਸਰਕਾਰ ਦਿਨ ਪਰ ਦਿਨ ਧੱਕਾ ਕਰ ਰਹੀ ਹੈ ਕਦੇ ਸਾਡੇ ਤੇ 10 ਨੰਬਰਾਂ ਦੀ ਵਾਧੂ ਸ਼ਰਤ ਲਾ ਰਹੀ ਆ ਕਦੇ ਬੀਜੇਪੀ ਦੇ ਟਿਕਟਾਂ ਨੂੰ ਪ੍ਰੋਬਲਮ ਕਰ ਰਹੀ ਹੈ ਸਾਡੀਆਂ ਪੋਸਟਾਂ ਨੇ ਉਹਨਾਂ ਨੇ ਸਾਡਾ ਨਜਾਇਜ਼ ਧੱਕਾ ਕਰਿਆ ਤਾਂ ਸਾਡਾ ਜੀ ਜਿਹੜਾ ਨੂੰ ਆਇਆ ਸੀ ਪੇਪਰ ਤੋਂ ਕੁਝ ਦਿਨ ਪਹਿਲਾਂ ਇਹਨਾਂ ਨੇ ਉਹਨਾਂ ਵਿੱਚ ਸਪੋਰਟ ਦਿੱਤੀ ਸਾਡੀ ਪ੍ਰਿੰਸੀਪਲ ਦਫ਼ਤਰ ਦੇ ਨਾਲ ਮੀਟਿੰਗ ਹੋਈ ਸੀ ਜਿਹਦੇ ਵਿੱਚ ਕ੍ਰਿਸ਼ਨ ਕੁਮਾਰ ਜੀ ਨੇ ਆਪ ਕਿਹਾ ਸੀ ਕਿ ਅਸੀਂ ਕੋਈ 10 ਨੰਬਰ ਕਿਸੇ ਨੂੰ ਨਹੀਂ ਦਵਾਂਗੇ ਪਰ ਉਸ ਤੋਂ ਬਾਅਦ ਸ਼ਰਤਾਂ ਜਿਹੜੀਆਂ ਲਾਗੂ ਕਰੀਆਂ ਗਈਆਂ ਨੇ ਇੱਕ ਪਾਸੇ ਦਾ ਕਾਂਗਰਸ ਸਰਕਾਰ ਦਿੱਲੀ ਦੇ ਵਿੱਚ ਜਾ ਕੇ ਧਰਨਾ ਲਾ ਰਹੀ ਆ ਜੀ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਡਰਾਮੇਬਾਜ਼ੀ ਦਾ ਕੀ ਫਾਇਦਾ ਜਿਹੜੇ ਪੰਜਾਬ ਦੇ ਲੋਕ ਇੰਨੇ ਲਾ ਰਹੇ ਨੇ ਇਹਨਾਂ ਨੂੰ ਆਪਣਾ ਪੰਜਾਬ ਤਾਂ ਸਮਝਦਾ ਨਹੀਂ ਇਹਨਾਂ ਨੂੰ ਕੀ ਪਤਾ ਵੀ ਜਿਹੜੇ ਸਾਡੇ ਐਜੂਕੇਸ਼ਨ ਦੇ ਵਿੱਚ ਰੂਲ ਬਣ ਰਹੇ ਨੇ ਉਹ ਹੁਣ ਤੱਕ ਕਿੰਨੇ ਬਣ ਚੁੱਕੇ ਨੇ ਭਾਈ ਹੁਣ ਤੁਹਾਡੇ ਕੀ ਲਾਠੀ ਚਾਰਜ ਕੀ ਦੋ ਸਰ ਸਾਡੇ ਤੋਂ ਲਾਠੀ ਚਾਰਜ ਦਾ ਸਾਡੇ ਕਹੀਏ ਵਿਆਪਕ ਜਿਹੜੇ ਉਹਨਾਂ ਦੇ ਸੱਟ ਵੱਜੀ ਹੈ ਤਾਂ ਉਹਨਾਂ ਨੂੰ ਹਸਪੀਟਲ ਲਿਜਾਇਆ ਗਿਆ ਜੀ ਅਗਲਾ ਸਟੈਪ ਕੀ ਹੋਰੇ ਬਿਨਾਂ ਕੀ ਜਾਣਾ ਕਿਤੇ ਸਰ ਅਸੀਂ ਇੱਥੇ ਬੈਠਾਂਗੇ ਜੀ ਸਾਨੂੰ ਗੁਪਤ ਐਕਸ਼ਨ ਕਰਨੇ ਪਏ ਅਸੀਂ ਗੁਪਤ ਐਕਸ਼ਨ ਵੀ ਕਰਾਂਗੇ ਸਭ ਕੁਝ ਕਰਾਂਗੇ ਜੀ ਪਰ ਅਸੀਂ ਆਪਣੀਆਂ ਮੰਗਾਂ ਬਣਾ ਕੇ ਜਾਵਾਂਗੇ